ਸਸਿਕਾ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਇਤਿਹਾਸ ਤੇ ਮਲਟੀਪਲ ਚੁਆਇਸ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰੀ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਸ ਦੇ ਨਾਲ ਹੀ ਵੀਡੀਓ ਸ਼ੁਰੂ ਕਰਦੇ ਹਾਂ ਇਤਿਹਾਸ ਔਰ ਕੁਐਸਚਨ ਨੰਬਰ ਹੈ ਸਾਡੇ ਕੋਲ ਜੀ 29 ਇਸ ਤੋਂ ਪਹਿਲਾਂ ਅਸੀਂ ਬੁੱਕ ਖੋਲ ਦੇ ਮਲਟੀਪਲ ਚੁਆਇਸ ਕੁਐਸਚਨ ਡਿਸਕਸ ਕਰ ਚੁੱਕੇ ਹਾਂ ਕੁਐਸਚਨ ਨੰਬਰ 29th ਹੈ ਭਾਰਤੀ ਇਤਿਹਾਸ ਨੂੰ ਕਿਹੜੇ ਕਾਲ ਵਿੱਚ ਵੰਡਿਆ ਗਿਆ ਆਪਸ਼ਨ A ਪ੍ਰਾਚੀਨ ਕਾਲ ਮੱਧ ਕਾਲ ਆਧੁਨਿਕ ਕਾਲ ਜਾਂ ਉਪਰੋਕਤ ਸਾਰੇ ਇਸ ਦਾ ਆਪਸ਼ਨ ਹੈ ਜੀ ਸਸਾ ਆਪਸ਼ਨ ਹੈ ਉਪਰੋਕਤ ਸਾਰੇ ਯਾਨੀ ਕਿ ਭਾਰਤੀ ਇਤਿਹਾਸ ਨੂੰ ਪ੍ਰਾਚੀਨ ਕਾਲ ਮੱਧ ਕਾਲ ਤੇ ਆਧੁਨਿਕ ਕਾਲ ਦੇ ਵਿੱਚ ਵੰਡਿਆ ਗਿਆ ਹੈ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਹੜੀ ਸਦੀ ਵਿੱਚ ਹੋਇਆ 16ਵੀਂ ਸਦੀ 17ਵੀਂ ਸਦੀ 18ਵੀਂ ਸਦੀ ਜਾਂ 19ਵੀਂ ਸਦੀ ਤੋਂ ਇਸ ਦਾ ਰਾਈਟ ਆਨਸਰ ਹੈ ਜੀ 18ਵੀਂ ਸਦੀ ਦੇ ਵਿੱਚ ਆਧੁਨਿਕ ਕਾਲ ਦਾ ਆਰੰਭ ਹੋਇਆ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 31 अवध ਨੂੰ ਕਿਸ ਨੇ ਸੁਤੰਤਰ ਰਾਜ ਘੋਸ਼ਿਤ ਕੀਤਾ सय्यद ਖਾਨ ਨੇ ਅਲੀ ਵਰਦੀ ਖਾਨ ਨੇ ਹੈਦਰ ਅਲੀ ਨੇ ਮੁਰਸ਼ਿਦ ਕੁਲੀ ਖਾਨ ਨੇ ਇਸ ਆ ਰਾਈਟ ਆਨਸਰ ਹੈ ਜੀ ਸਦ ਖਾਨ ਨੇ ਨੈਕਸਟ ਕੁਐਸਚਨ ਹੈ 32 ਆਧੁਨਿਕ ਕਾਲ ਵਿੱਚ ਭਾਰਤ ਵਿੱਚ ਪੁਰਤਕਾਲੀ ਡੱਚ ਫ੍ਰਾਂਸੀਸਿਸ ਅਤੇ ਡੈਸ਼ ਯੂਰੋਪੀਅਨ ਸ਼ਕਤੀਆਂ ਆਈਆਂ ਮਰਾਠੇ ਅੰਗਰੇਜ਼ ਸਿੱਖ ਉਪਰੋਕਤ ਕੋਈ ਵੀ ਨਹੀਂ ਤੁਸੀਂ ਰਾਈਟ ਆਨਸਰ ਹੈ ਜੀ ਅੰਗਰੇਜ਼ ਆਧੁਨਿਕ ਕਾਲ ਦੇ ਵਿੱਚ ਪੁਰਤਗਾਲੀ ਡੱਚ ਫ੍ਰਾਂਸੀਸਿਸ ਅਤੇ ਅੰਗਰੇਜ਼ ਯੂਰੋਪੀਅਨ ਸ਼ਕਤੀਆਂ ਆਈਆਂ ਨੈਕਸਟ ਕੁਐਸਚਨ ਹੈ 33 ਅੰਗਰੇਜ਼ ਅਤੇ ਫ੍ਰਾਂਸੀਸੀਆਂ ਵਿਚਕਾਰ करनाटक के तीन युद्ध होए यह युद्ध कदों तो कदों तक होए इस ऑप्शन है जी सतारा सौ चुतालीस्वी से तो लैके सतारा सौ त्रेंट ईस्वी तक सतारह सौ चौबी तो लैके सतारा सौ उनताली सतारा सौ पच्ची स्तारांसु स्तारांसु ताली तो लैके सतारा सौ तीह सतारा सौ उनताली तो लैके सतारा सौ पंताली इसका राइट आंसर है जी सतारा सौ चुताली तो लैके सतारह सौ त्रेंट तक ਨੈਕਸਟ ਕੁਐਸਚਨ ਹੈ 34 27 ਮਈ 19 ਸੋਰੀ 27 ਮਈ 1498 ਨੂੰ ਭਾਰਤ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ অপਸ਼ਨ A ਫਰਡੀਨੰਡਾ ਮੈਗਲਾਨ ਵਾਸਕੋ ਡੀ ਗਾਮਾ ਕ੍ਰਿਸਟੋਫਰ ਕੋਲੰਬਸ ਡਿਆਗੋ ਸਿਲਵਸ ਇਜ਼ ਦਾ ਰਾਈਟ ਆਨਸਰ ਹੈ ਜੀ ਵਾਸਕੋ ਡੀ ਗਾਮਾ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 35 ਹੈ ਮਹਾਰਾਣੀ ਐਲਿਜ਼ਾਬੈਥ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਲਈ ਕਿੰਨੇ ਸਮੇਂ ਲਈ ਇਕ ਅਧਿਕਾਰ ਦਿੱਤਾ ਸੀ 5 ਸਾਲ 10 ਸਾਲ 15 ਸਾਲ ਜਾਂ 20 ਸਾਲ ਇਸ ਦਾ ਰਾਈਟ ਆਨਸਰ ਹੈ 15 ਸਾਲ ਨੈਕਸਟ ਕੁਐਸਚਨ ਨੰਬਰ 36 ਹੈ 1690 ਈਸਵੀ ਵਿੱਚ ਅੰਗਰੇਜ਼ਾਂ ਨੇ ਫੋਰਟ ਵਿਲੀਅਮ ਨਾਂ ਦਾ ਕਿਲਾ ਕਿੱਥੇ ਉਚਾਰਿਆ ਉਸਾਰਿਆ ਸੀ ਮੁੰਬਈ ਮਦਰਾਸ ਕਲਕੱਤਾ ਦਿੱਲੀ ਇਸ ਦਾ ਰਾਈਟ ਆਨਸਰ ਹੈ ਜੀ ਕਲਕੱਤਾ ਨੈਕਸਟ ਕੁਐਸਚਨ ਹੈ ਵੈਰੀ ਵੈਰੀ ਇੰਪੋਰਟੈਂਟ 37 ਪਲਾਸੀ ਦੀ ਲੜਾਈ ਕਦੋਂ ਹੋਈ ਜਿਸ ਦੇ অপਸ਼ਨ ਹੈ 23 ਜੂਨ 1757 ਇਸ ਵਿੱਚ 23 ਜੂਨ 1857 ਇਸ ਵਿੱਚ ਜਾਂ 14 ਜੂਨ 1698 ਇਸ ਵਿੱਚ 23 ਜੂਨ 1764 ਇਸ ਵਿੱਚ ザ राइट आंसर ਹੈ ਜੀ 23 ਜੂਨ 1757 ਇਸ ਵਿੱਚ ਪਲਾਸੀ ਦੀ ਲੜਾਈ ਹੋਈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 38 ਪਲਾਸੀ ਦੀ ਲੜਾਈ ਅੰਗਰੇਜ਼ਾਂ ਅਤੇ ਕਿਸ ਨਵਾਬ درمیان ਹੋਈ ਇਸ ਆਪਸ਼ਨ ਹੈ ਨਵਾਬ ਮੀਰ ਕਾਸਿਮ ਨਵਾਬ ਮੀਰ ਯਾਫਰ ਨਵਾਬ ਸਿਰਾਜ ਉਦੁੱਲਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਨਵਾਬ ਸਿਰਾਜ ਉਦੁੱਲਾ ਨੈਕਸਟ ਕੁਐਸਚਨ ਹੈ 39 ਬਕਸਰ ਦੀ ਲੜਾਈ ਕਦੋਂ ਹੋਈ 1761 ਇਸ ਵਿੱਚ 1764 ਇਸਵੀ ਚ ਜਾਂ 1765 ਜਾਂ 1766 ਇਸਵੀ ਇਸ ਦਾ ਰਾਈਟ ਆਨਸਰ ਹੈ 1764 ਇਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ ਲੈਪਸ ਦੀ ਨੀਤੀ ਕਿਸ ਗਵਰਨਰ ਜਨਰਲ ਵੱਲੋਂ ਅਪਣਾਈ ਗਈ ਲਾਰਡ ਡਲੋਜੀ ਲਾਰਡ ਕੌਨਵਾਲਸਿਸ ਲਾਰਡ ਵਰੇਨ ਹਸਟਿੰਗ ਇਨਾਂ ਵਿੱਚ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਲਾਰਡ ਡਲੋਜੀ ਨੈਕਸਟ ਕੁਐਸਚਨ ਹੈ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਿਹੜਾ ਐਕਟ ਪਾਸ ਕੀਤਾ ਗਿਆ ਸੀ ਚਾਰਟਰ ਐਕਟ ਰੈਗੂਲੇਟਿੰਗ ਐਕਟ ਪਿਟਸ ਇੰਡੀਆ ਐਕਟ ਉਪਰੋਕਤ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਰੈਗੂਲੇਟਿੰਗ ਐਕਟ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਸਿਵਲ ਸਰਵਿਸ ਅਤੇ ਪੁਲਿਸ ਪ੍ਰਬੰਧ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ ਲਾਰਡ ਕੌਨ ਵਾਇਲਸੀਸ ਲਾਰਡ ਰਿਪਨ ਲਾਰਡ ਹੈਸਟਿੰਗਸ ਲਾਰਡ ਲੋਜੀ ਥੀਸ ਇਜ਼ ਦਾ ਰਾਈਟ ਆਨਸਰ ਜੀ ਲਾਰਡ ਕੌਨ ਵਾਇਲਸੀਸ ਨੂੰ ਭਾਰਤ ਵਿੱਚ ਸਿਵਲ ਸਰਵਿਸ ਅਤੇ ਪੁਲਸ ਪ੍ਰਬੰਧ ਦਾ ਮੋਢੀ ਮੰਨਿਆ ਗਿਆ ਹੈ ਨੈਕਸਟ ਕੁਐਸਚਨ ਹੈ ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ 1773 ਵਿੱਚ 1833 ਵਿੱਚ 1784 ਵਿੱਚ 1600 63 ਵਿੱਚ इज द राइट आंसर जी 1784 ਦੇ ਵਿੱਚ ਨੈਕਸਟ ਕੁਐਸਚਨ ਹੈ 1773 ਇਸਵੀ ਦੀ ਰੈਗੂਲੇਟਿੰਗ ਐਕਟ ਅਨੁਸਾਰ ਸਰਵ ਉੱਚ ਅਦਾਲਤ ਦੀ ਸਥਾਪਨਾ ਕਿੱਥੇ ਕੀਤੀ ਗਈ ਮੁੰਬਈ ਕੋਲਕਾਤਾ ਮਦਰਾਸ ਦਿੱਲੀ इज द राइट आंसर जी ਕਲਕੱਤਾ ਨੈਕਸਟ ਕੁਐਸਚਨ ਨੰਬਰ ਹੈ 45 ਕਿਹੜਾ ਪਹਿਲੇ ਭਾਰਤੀ ਨੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ অপਸ਼ਨ ਐਸ ਸਤਿੰਦਰਨਾਥ ਟੈਗੋਰ ਮਹਾਤਮਾ ਗਾਂਧੀ ਸੁਰੇਂਦਰਨਾਥ ਬੇਨਰਜੀ ਰਵਿੰਦਰਨਾਥ ਟੈਗੋਰ ਇਜ਼ ਦਾ ਰਾਈਟ ਆਨਸਰ ਸਤਿੰਦਰਨਾਥ ਟੈਗੋਰ ਨੈਕਸਟ ਕੁਐਸਚਨ ਹੈ 46 ਅੰਗਰੇਜ਼ਾਂ ਨੇ ਭਾਰਤ ਵਿੱਚ ਲਗਾਨ ਇਕੱਠਾ ਕਰਨ ਲਈ ਕਿਹੜੇ ਪ੍ਰਬੰਧ ਲਾਗੂ ਕੀਤੇ ਹਨ ਆਪਸ਼ਨ ਹੈ ਜੀ ਸਥਾਈ ਬੰਦੋਬਸ ਰਵਾਇਤੀ ਰਾਇਤਵਾੜੀ ਪ੍ਰਬੰਧ ਮਹਿਲਵਾੜੀ ਪ੍ਰਬੰਧ ਜਾਂ ਉਪਰੋਕਤ ਸਾਰੇ ਇਸ ਦਾ ਰਾਈਟ ਆਨਸਰ ਹੈ ਜੀ ਉਪਰੋਕਤ ਸਾਰੇ ਸਥਾਈ ਬੰਦੋਬਸ ਰਾਇਤਵਾੜੀ ਪ੍ਰਬੰਧ ਤਾਂ ਮਹਿਲਵਾੜੀ ਪ੍ਰਬੰਧ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 47 ਸਥਾਈ ਬੰਦੋਬਸਤ ਕਿੱਥੇ ਸ਼ੁਰੂ ਕੀਤਾ ਗਿਆ ਬੰਗਾਲ ਮਦਰਾਸ ਕਲਕੱਤਾ ਦਿੱਲੀ ਇਜ਼ ਅ ਰਾਈਟ ਆਨਸਰ ਜੀ ਬੰਗਾਲ ਨੈਕਸਟ ਕੁਐਸਚਨ ਹੈ 48 ਸਥਾਈ ਬੰਦੋਬਸਤ ਕਾਰਨ ਡੈਸ਼ ਭੂਮੀ ਦੇ ਮਾਲਕ ਬਣੇ ਮਜ਼ਦੂਰ ਜੁਲਾਹੇ ਜ਼ਮੀਂਦਾਰ ਜਾਂ ਕਿਸਾਨ ਇਸ ਦਾ ਰਾਈਟ ਆਨਸਰ ਹੈ ਜੀ ਸਾਈ ਬੰਦोबस्त ਕਾਰਨ ਜ਼ਮੀਂਦਾਰ ਭੂਮੀ ਦੇ ਮਾਲਕ ਬਣੇ ਨੈਕਸਟ ਕੁਐਸਚਨ ਨੰਬਰ 49 ਹੈ ਰਿਆਤ ਬਾੜੀ ਪ੍ਰਬੰਧ ਕਦੋਂ ਸ਼ੁਰੂ ਕੀਤਾ ਗਿਆ 1793 ਵਿੱਚ 1820 ਵਿੱਚ 1765 1777 ਈਸਵੀ ਚ ਸਹੀ ਆਨਸਰ ਹੈ ਜੀ 1820 ਈਸਵੀ ਦੇ ਵਿੱਚ ਨੈਕਸਟ ਕੁਐਸਚਨ 1864 67 ਈਸਵੀ ਵਿੱਚ ਨੀਂਦ ਦੀ ਖੇਤੀ ਵਿਰੁੱਧ किथे विद्रोह होया? चंपारण पंजाब बनारस उपरोक्त कोई भी नहीं द राइट आंसर जी चंपारण नेक्स्ट क्वेश्चन है क्वेश्चन नंबर फिफ्टी वन है, है कबायली समाज तो की भाव है ऑप्शन है शहरी लोग आदिवासी ਲੋਕ ਕਬੀਲੇ ਵਿੱਚ ਰਹਿੰਦੇ ਲੋਕ ਐੜਾ ਅਤੇ ਸਾ ਦੋਵੇਂ ਇਜ਼ ਦਾ ਰਾਈਟ ਆਨਸਰ ਆ ਜਾਏਗਾ ਜੀ ਆਦਿਵਾਸੀ ਲੋਕ ਕਬੀਲੇ ਵਿੱਚ ਰਹਿੰਦੇ ਲੋਕ ਨੈਕਸਟ ਕੁਸਚਨ ਹੈ ਕਿਹੜੇ ਕਬੀਲੇ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ অপਸ਼ਨ ਹੈ ਜੀ ਗੋੜ ਭੀਲ ਸਥਾਲ ਮिजੂ ਥਿਸ ਇਜ਼ ਦਾ ਰਾਈਟ ਆਨਸਰ ਹੈ ਜੀ ਗੋੜ ਨੈਕਸਟ ਕੁਐਸਚਨ ਹੈ ਕਬਾਈ ਸਮਾਜ ਦੇ ਲੋਕਾਂ ਦੀ ਮੁੰਡਲੀ ਇਕਾਈ ਕਿਹੜੀ ਹੈ ਸਮਾਜ ਪਰਿਵਾਰ ਸ਼ਹਿਰ ਪਿੰਡ ਇਸ ਦਾ ਰਾਈਟ ਆਨਸਰ ਹੈ ਜੀ ਪਰਿਵਾਰ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 54 ਹੈ ਖਾਸੀ ਕਬੀਲੇ ਦਾ ਮੋਢੀ ਕੌਣ ਸੀ ਬਿਰਸਾ मुंडा تیرੁਤ ਸਿੰਘ ਸਿੱਧੂ ਉਪਰੋਕਤ ਕੋਈ ਨਹੀਂ ਖਾਸੀ ਕਬੀਲੇ ਦਾ ਮੋਢੀ ਸੀ تیرੁਤ ਸਿੰਘ ਨੈਕਸਟ ਕੁਐਸਚਨ ਹੈ ਉੱਤਰੀ ਪੂਰਬੀ ਇਲਾਕੇ ਵਿੱਚ ਗੰਗਾ ਸੌਰੀ ਨਾਗਾ ਵਿਦਰੋਹ ਕਦੋਂ ਹੋਇਆ ਉੱਤਰੀ ਪੂਰਬੀ ਇਲਾਕੇ ਵਿੱਚ ਨਾਗਾ ਵਿਦਰੋਹ ਕਦੋਂ ਹੋਇਆ অপਸ਼ਨ ਨੇ 1844 ਵਿੱਚ 1845 ਵਿੱਚ 1829 ਵਿੱਚ 1833 ਵਿੱਚ ਇਸ ਦਾ ਰਾਈਟ ਆਨਸਰ ਹੈ ਜੀ 1844 ਈਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਅੰਗਰੇਜ਼ੀ ਸਮਰਾਜ ਦਾ ਵਿਸਤਾਰ ਹੋਣ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਸ ਚੀਜ਼ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਖੇਤੀਬਾੜੀ ਲਘੂ ਉਦਯੋਗ ਪਸ਼ੂਆਂ ਦਾ ਵਪਾਰ ਇਹਨਾਂ ਵਿੱਚ ਕੋਈ ਨਹੀਂ ਜ਼ਰਾ ਰਾਈਟ ਆਨਸਰ ਜੀ ਲਘੂ ਉਦਯੋਗ ਨੈਕਸਟ ਕੁਐਸ਼ਨ ਹੈ 57 ਇੰਗਲੈਂਡ ਵਿੱਚ ਉਦਯੋਗ ਕ੍ਰਾਂਤੀ ਕਦੋਂ ਆਈ 17ਵੀਂ ਸਦੀ ਵਿੱਚ 18ਵੀਂ ਸਦੀ ਵਿੱਚ 19ਵੀਂ ਸਦੀ ਵਿੱਚ 20ਵੀਂ ਸਦੀ ਜਿਸ ਦਾ ਰਾਈਟ ਆਨਸਰ ਜੀ 18ਵੀਂ ਸਦੀ ਦੇ ਵਿੱਚ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਿੱਥੇ ਲਗਾਇਆ ਗਿਆ ਮੁੰਬਈ ਮੰਦਰਾ ਸੂਰਤ ਕਲਕੱਤਾ ਇਸ ਰਾਈਟ ਆਨਸਰ ਹੈ ਜੀ ਮੁੰਬਈ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਨੀਲ ਦੀ ਪੈਦਾਵਾਰ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਬਿਹਾਰ ਅਤੇ ਬੰਗਾਲ ਹਰਿਆਣਾ ਵਿੱਚ ਅਸਾਮ ਵਿੱਚ ਪੰਜਾਬ ਵਿੱਚ ਇਸ ਰਾਈਟ ਆਨਸਰ ਹੈ ਜੀ ਬਿਹਾਰ ਅਤੇ ਬੰਗਾਲ ਦੇ ਵਿਚ ਨੈਕਸਟ ਕੁਐਸਚਨ ਨੰਬਰ 60 ਹੈ ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਿੱਥੇ ਲਗਾਇਆ ਗਿਆ ਦੱਖਣ ਵਿੱਚ ਉੱਤਰ ਵਿੱਚ ਪੂਰਬ ਵਿੱਚ ਪੱਛਮ ਵਿੱਚ ਇਸ ਦਾ ਰਾਈਟ ਆਨਸਰ ਹੈ ਜੀ ਦੱਖਣ ਦੇ ਵਿੱਚ ਨੈਕਸਟ ਕੁਐਸਚਨ ਹੈ 61 ਭਾਰਤ ਵਿੱਚ ਚਾਹ ਦਾ ਪਹਿਲਾ ਬਾਗ ਕਦੋਂ ਲਗਾਇਆ ਗਿਆ 1854 ਵਿੱਚ 1852 1920 ਜਾਂ 1800 90 ਇਸਵੀ ਦੇ ਵਿੱਚ ਥੀਸ ਇਜ਼ ਦਾ ਰਾਈਟ ਆਨਸਰ ਹੈ ਜੀ 1852 ਇਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ 62 ਯੂਰੋਪੀਅਨ ਵਪਾਰੀ ਭਾਰਤ ਵਿੱਚ ਕਿਸ ਵਸਤੂ ਦਾ ਵਪਾਰ ਕਰਨ ਲਈ ਆਏ ਸਨ অপਸ਼ਨ ਹੈ ਜੀ ਕੱਪੜੇ ਦਾ ਸੋਨਾ ਤੇਲ ਚਾਂਦੀ ਥੀਸ ਇਜ਼ ਦਾ ਰਾਈਟ ਆਨਸਰ ਹੈ ਜੀ ਕੱਪੜੇ ਦੇ ਸੌਰੀ ਕੱਪੜੇ ਅਤੇ ਮਸਾਲੇ ਕੱਪੜੇ ਅਤੇ ਮਸਾਲੇ ਦਾ ਵਪਾਰ ਕਰਨ ਲਈ ਆਏ ਸਨ ਨੈਕਸਟ ਕੁਐਸਚਨ ਹੈ 1857 ਈਸਵੀ ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਅਵਧ ਮੇਰਠ ਝਾਂਸੀ ਬੈਰਕਪੁਰ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਬੈਰਕਪੁਰ ਨੈਕਸਟ ਕੁਐਸਚਨ ਹੈ ਇਤਿਹਾਸਕਾਰਾਂ ਨੇ ਕਿਸ ਵਿਦਰੋਹ ਨੂੰ ਸੈਨਿਕ ਵਿਦਰੋਹ ਦਾ ਨਾਂ ਦਿੱਤਾ 1857 ਇਸਵੀ ਦਾ ਵਿਦਰੋਹ ਆਜ਼ਾਦੀ ਦੀ ਲੜਾਈ ਪਲਾਸੀ ਦੀ ਲੜਾਈ ਬਕਸਰ ਦੀ ਲੜਾਈ ਤੋਂ ਇਸ ਦਾ ਰਾਈਟ ਆਨਸਰ ਹੈ ਜੇ 1857 ਇਸਵੀ ਦਾ ਵਿਦਰੋਹ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਸਤੀ ਪ੍ਰਥਾ ਕਿਸ ਗਵਰਨਰ ਜਨਰਲ ਨੇ ਗੈਰ ਕਾਨੂੰਨੀ ਘੋਸ਼ਿਤ ਕੀਤਾ ਲਾਰਡ ਲੌਜੀ ਲਾਰਡ ਕਾਨਵਾਲਸਿਸ ਲਾਰਡ ਰਿਪਿਨ ਲਾਰਡ ਵਿਲੀਅਮ ਬੈਂਟਿਕ ਇਸ ਦਾ ਰਾਈਟ ਆਨਸਰ ਹੈ ਜੀ ਲਾਰਡ ਵਿਲੀਅਮ ਬੈਂਟਿੰਗ ਨੈਕਸਟ ਕੁਐਸਚਨ ਇਜ਼ 66 ਹੈ ਨਵੇਂ কারਤੂਸਾਂ ਨੂੰ ਚਲਾਨ ਤੋਂ ਇਨਕਾਰ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ অপਸ਼ਨ ਹੈ ਜੀ ਮੰਗਲ ਪਾਂਡੇ ਤੰਤਿਆ ਟੋਪੇ ਨਾਨਾ ਸਾਹਿਬ ਇਨ੍ਹਾਂ ਵਿੱਚੋਂ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਮੰਗਲ ਪਾਂਡੇ ਨੈਕਸਟ ਕੁਐਸਚਨ ਇਜ਼ 67 ਭਾਰਤ ਸੈਨਿਕ ਵਦ ਤੋਂ ਵਦ ਕਿਸ ਹੌਦੇ ਤੱਕ ਤਰੱਕੀ ਕਰ ਸਕਦੇ ਸਨ 67 ਮੇਜਰ ਸੂਬੇਦਾਰ ਨਾਇਕ ਇਹਨਾਂ ਵਿੱਚੋਂ ਕੋਈ ਨਹੀਂ ਜ਼ਰਾਇਟ ਆਨਸਰ ਹੈ ਜੀ ਸੂਬੇਦਾਰ ਤੱਕ ਨੈਕਸਟ ਕੁਐਸ਼ਨ ਹੈ 68 ਰਾਣੀ ਲక్ష్ਮੀਬਾਈ ਕਿਸ रियासत ਦੀ ਰਾਣੀ ਸੀ ਅਬਦ ਮੀਰਟ ਕਾਨਪੂਰ ਝਾਂਸੀ ਇਜ਼ ਅ ਰਾਈਟ ਆਨਸਰ ਹੈ ਜੀ ਝਾਂਸੀ ਨੈਕਸਟ ਕੁਐਸ਼ਨ ਇਜ਼ 69 ਅਲੀਗੜ ਮੁਸਲਿਮ ਯੂਨੀਵਰਸਿਟੀ ਕਿੱਥੇ ਸਥਿਤ ਹੈ ਕਰਨਾਟਕ ਬਿਹਾਰ ਉੱਤਰ ਪ੍ਰਦੇਸ਼ ਦਿੱਲੀ ਇਜ਼ ਅ ਰਾਈਟ ਆਨਸਰ ਹੈ ਜੀ ਉੱਤਰ ਪ੍ਰਦੇਸ਼ ਨੈਕਸਟ ਕੁਐਸ਼ਨ ਹੈ ਸਿੱਖਿਆ ਦੇ ਵਿਕਾਸ ਲਈ ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਇਸ ਦਾ ਆਪਸ਼ਨ ਹੈ 1881 ਵਿੱਚ 1882 ਵਿੱਚ 1890 ਵਿੱਚ 1892 ਇਸ ਦਾ ਰਾਈਟ ਆਨਸਰ ਜੀ 1882 ਇਸਵੀ ਦੇ ਵਿੱਚ ਨੈਕਸਟ ਕੁਐਸਚਨ ਇਸ 71 ਭਾਰਤੀ ਯੂਨੀਵਰਸਿਟੀ ਐਕਟ ਕਿਸ ਦੁਆਰਾ ਪਾਸ ਕੀਤਾ ਗਿਆ ਲਾਰਡ ਹਲੋਜੀ ਲਾਰਡ ਕੋਰਜਨ ਲਾਰਡ ਬੈਲਜੀ ਲਾਰਡ ਮਿੰਟੇ ਇਸ ਦਾ ਰਾਈਟ ਆਨਸਰ ਹੈ ਜੀ ਲਾਰਡ ਕਰਜ਼ਨ ਨੈਕਸਟ ਕੁਐਸਚਨ ਹੈ 72 ਮੇਰਟ ਵਿੱਚ ਕੰਨਿਆ ਵਿਸ਼ਵ ਵਿਦਿਆਲੇ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸਵਾਮੀ ਵੇਕਾਨੰਦ ਮਹਾਤਮਾ ਗਾਂਧੀ ਸਵਾਮੀ ਦਿਆਨੰਦ ਇਹਨਾਂ ਵਿੱਚ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਸਵਾਮੀ ਦਿਆਨੰਦ ਨੈਕਸਟ ਕੁਐਸਚਨ ਹੈ ਕਿਸ ਐਕਟ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਹਰ ਸਾਲ ਸਿੱਖਿਆ ਉੱਪਰ 1 ਲੱਖ ਰੁਪਏ ਖਰਚ ਕੀਤੇ ਚਾਟਰ ਐਕਟ ਚਾਟਰ ਐਕਟ 1852 ਚਾਟਰ ਐਕਟ 1832 ਜਾਂ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਚਾਟਰ ਐਕਟ 1813 ਨੈਕਸਟ ਕੁਐਸਚਨ ਹੈ ਸ਼੍ਰੀਮਤੀ ਐਨੀ ਬੈਸੈਂਟ ਇੰਗਲੈਂਡ ਵਿੱਚ ਥਿਉ ਸ਼ੋਫੀਕਲ ਸੁਸਾਇਟੀ ਵਿੱਚ ਕਦੋਂ ਸ਼ਾਮਿਲ ਹੋਈ 1876 ਇਸਵੀ ਵਿੱਚ 1886 ਇਸਵੀ ਵਿੱਚ 1884 ਜਾਂ 1898 ਤੋਂ ਇਸ ਦਾ ਰਾਈਟ ਆਨਸਰ ਹੈ 1886 ਇਸਵੀ ਦੇ ਵਿੱਚ অপਸ਼ਨ ਸੈਕੰਡ ਨੈਕਸਟ ਕੁਐਸਚਨ ਹੈ ਪਰਮ ਹੰਸ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ 75 ਅੰਗਰੇਜ਼ੀ ਸਰਕਾਰਾਂ ਦਾ ਵਿਰੋਧ ਕਰਨ ਲਈ ਸਿੱਖਿਆ ਦੇ ਪ੍ਰਚਾਰ ਲਈ ਸਮਾਜ ਵਿੱਚ ਜਾਗਰਤੀ ਲਿਆਉਣ ਲਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਜ਼ ਦਾ ਰਾਈਟ ਆਨਸਰ ਹੈ ਜੀ ਸਮਾਜ ਵਿੱਚ ਜਾਗਰਤੀ ਲਿਆਉਣ ਦੇ ਲਈ ਨੈਕਸਟ ਕੁਐਸਚਨ ਇਜ਼ 76 ਕਿਸ ਭਾਰਤੀ ਸਮਾਜ ਸੁਧਾਰਕ ਨੇ ਜਤਨਾ ਸਦਕਾ ਸਤੀ ਪ੍ਰਥਾ ਤੇ ਪਾਬੰਦੀ ਲੱਗੀ ਸੀ ਸਵਾਮੀ ਵੇਕਾਨੰਦ ਮਹਾਤਮਾ ਗਾਂਧੀ ਸਵਾਮੀ ਦਿਆਨੰਦ ਰਾਜਾ ਰਾਮমোহন ਰਾਏ 76 ਇਜ਼ ਦਾ ਰਾਈਟ ਆਨਸਰ ਹੈ ਰਾਜਾ ਰਾਮমোহন ਰਾਏ ਨੈਕਸਟ ਕੁਐਸਚਨ ਹੈ ਸਤਗੁਰੂ ਰਾਮ ਸਿੰਘ ਜੀ ਦੁਆਰਾ ਪੰਜਾਬ ਵਿੱਚ ਸਮਾਜ ਸੁਧਾਰ ਕਿਹੜੀ ਲਹਿਰ ਚਲਾਈ ਗਈ ਅਹਿਮਦੀਆ ਲਹਿਰ ਨਾਮਧਾਰੀ ਲਹਿਰ ਰਾਜਾ ਸਵਾਮੀ ਲਹਿਰ ਜਿੰਦਰੰਕਾਰੀ ਲਹਿਤ ਇਜ਼ ਦਾ ਰਾਈਟ ਆਨਸਰ ਹੈ ਜੀ ਨਾਮਧਾਰੀ ਲਹਿਰ ਨੈਕਸਟ ਕੁਐਸਚਨ ਇਜ਼ 78 ਅੰਗਰੇਜ਼ੀ ਸਰਕਾਰ ਨੇ ਅੰਤਰ ਜਾਤੀ ਵਿਆਹ ਕਾਨੂੰਨ ਨੂੰ ਕਦੋਂ ਮੰਨਤਾ ਦਿੱਤੀ 1872 ਇਸ ਵਿੱਚ 1854 ਇਸ ਵਿੱਚ 1876 ਇਸ ਵਿੱਚ 1880 ਇਸਵੀ ਦੇ ਵਿੱਚ ਥੀ ਇਜ਼ ਦਾ ਰਾਈਟ ਆਨਸਰ ਹੈ ਜੀ 1872 ਇਸ ਵਿੱਚ ਨੈਕਸਟ ਕੁਐਸਚਨ ਹੈ ਕਿਸ ਕਾਲ ਸਮੇਂ ਜਾਤੀ ਪ੍ਰਥਾ ਪ੍ਰਚਲਿਤ ਸੀ ਰਿਗਵੇਦ ਕਾਲ ਮਦ ਕਾਲ ਆਧੁਨਿਕ ਕਾਲ ਜਾਂ ਇਨਾਂ ਵਿੱਚੋਂ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਮਦ ਕਾਲ ਦੇ ਵਿੱਚ ਨੈਕਸਟ ਕੁਐਸਚਨ ਆਂਧਰਾ ਪ੍ਰਦੇਸ਼ ਦੇ ਸਮਾਜ ਦਾ ਪੈਗੰਬਰ ਕਿਸ ਨੂੰ ਕਿਹਾ ਜਾਂਦਾ ਹੈ ਵੀਰ ਛਿਲਿੰਗਮ ਦਾਦਾ ਭਾਈ ਨਾਰੋਜੀ ਨਾਰਾਇਣ ਗੁਰੂ ਗੋਵਿੰਦ ਰਾਣਾ ਇਸ ਦਾ ਰਾਈਟ ਆਨਸਰ ਹੈ ਜੀ ਵੀਰ ਛਲਿੰਗਮ ਨੈਕਸਟ ਕੁਐਸਚਨ ਹੈ 81 ਮਹਾਤਮਾ ਗਾਂਧੀ ਜੀ ਨੇ ਕਿਸ ਸਥਾਨ ਤੋਂ ਹਰੀਜਨ ਹਰੀਜਨਾਂ ਦੀ ਭਲਾਈ ਲਈ ਆਪਣਾ ਦੋਰਾ ਸ਼ੁਰੂ ਕੀਤਾ ਵਾਰਦਾ ਦਾ ਦਾਂਡੀ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਵਾਰਦਾ ਨੈਕਸਟ ਕੁਐਸਚਨ ਹੈ 82 19ਵੀਂ ਸਦੀ ਵਿੱਚ ਕਿਸ ਧਰਮ ਦੇ ਪ੍ਰਚਾਰਕਾਂ ਨੇ ਆਦੀਵਾਸੀਆਂ ਅਤੇ ਨੀਵੀਂ ਜਾਤੀ ਦੇ ਲੋਕਾਂ ਬੱਚਿਆਂ ਲਈ ਸਕੂਲ ਸਥਾਪਿਤ ਕੀਤੇ? ਮੁਸਲਿਮ ਧਰਮ, ਹਿੰਦੂ ਧਰਮ, ਈਸਾਈ ਧਰਮ ਜਾਂ ਸਿੱਖ ਧਰਮ? ਇਸ ਦਾ ਰਾਈਟ ਆਨਸਰ ਹੈ ਜੀ ਈਸਾਈ ਧਰਮ ਨੈਕਸਟ ਕੁਐਸਚਨ ਹੈ 18 ਸੋਰੀ 1973 ਈਸਵੀ ਵਿੱਚ सत्या सत्याशोधक समाज की स्थापना किसने की श्री नारायण गुरु परियार रामा स्वामी वीर शलिंगम या ज्योतिबा फूले तो राइट आंसर है जी ज्योतिबा फूले दिल्ली नेक्स्ट क्वेश्चन है एटी फाइव ਲਾਸੀ ਅਤੇ ਬਕਸਰ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੀ ਰਾਜਧਾਨੀ ਕਿਹੜੀ ਸੀ ਮਦਰਾਸ ਚਨਈ ਕਲਕੱਤਾ ਕੇਰਲਾ ਇਜ਼ ਅ ਰਾਈਟ ਆਨਸਰ ਹੈ ਜੀ ਕਲਕੱਤਾ ਨੈਕਸਟ ਕੁਐਸਚਨ ਹੈ 86 ਪੁਲਿਸ ਵਿਭਾਗ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਆਪਸ਼ਨ ਹੈ ਸਰਡਿਕੋ ਲਾਰਡ ਲੋਜੀ ਲਾਰਡ कॉन वॉल्सेस लॉडोलॉजी ਇਨਾਂ ਵਿੱਚ ਕੋਈ ਨਹੀਂ ਇਸ ਦਾ ਰਾਈਟ ਆਨਸਰ ਹੈ ਜੀ ਲਾਰਡ ਕੌਨ ਵਲਸਿਸ ਨੈਕਸਟ ਕੁਐਸ਼ਨ ਹੈ 1911 ਇਸੀ ਵਿੱਚ ਅੰਗਰੇਜ਼ਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ ਸੀ ਦਿੱਲੀ ਪਟਨਾ ਨਾਗਪੁਰ ਗੁਜਰਾਤ ਇਸ ਦਾ ਰਾਈਟ ਆਨਸਰ ਹੈ ਜੀ ਦਿੱਲੀ ਨੈਕਸਟ ਕੁਐਸ਼ਨ ਹੈ ਕੰਪਨੀ ਦੇ ਮਦਰਾਸ ਕੇਂਦਰ ਦੀ ਸਥਾਪਨਾ 1639 ਈਸਵੀ ਵਿੱਚ ਕਿਸ ਦੁਆਰਾ ਕੀਤੀ ਗਈ অপਸ਼ਨ ਹੈ ਜੈਂਡੇ ਫ੍ਰਾਂਸਿਸ ਡੇ ਵਾਸਕੋ ਦੀ ਗਾਮਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਜਿਹੜਾ ਰਾਈਟ ਆਨਸਰ ਹੈ ਫ੍ਰਾਂਸਿਸ ਡੇ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਸਭ ਤੋਂ ਪਹਿਲਾ ਛਾਪਾ ਕਾਰਖਾਨਾ ਕਦੋਂ ਸ਼ੁਰੂ ਹੋਇਆ 1557 ਇਸ ਵੀ ਚ 1537 ਚ 1637 ਚ 1733 ਇਸ ਵੀ ਚ ਇਸ ਰਾਇਟ ਆਨਸਰ ਹੈ ਜੀ 1557 ਇਸ ਵੀ ਦੇ ਵਿੱਚ ਨੈਕਸਟ ਕੁਐਸਚਨ ਨੰਬਰ 90 ਹੈ ਆਨੰਦ ਮਠ ਨਾਵਲ ਕਿਸ ਨੇ ਲਿਖਿਆ ਰਵਿੰਦਰਨਾਥ ਟੈਗੋਰ Munshi Premchand Barkim Chandra Chattopadhyay ਇਕਵਾਲ ਇਸ ਰਾਇਟ ਆਨਸਰ ਹੈ ਜੀ ਬਰਕਿੰਗ ਚੰਦਰ ਚੱਟਰਜੀ ਨੈਕਸਟ ਕੁਐਸਚਨ ਹੈ 91 ਫੋਰਟ ਸੈਂਟ ਜਾਰਜ ਕਿਲਾ ਕਿੱਥੇ ਸਥਿਤ ਹੈ ਮਦਰਾਸ ਚਨਈ ਮੁੰਬਈ ਦਿੱਲੀ ਇਜ਼ ਦਾ ਰਾਈਟ ਆਨਸਰ ਹੈ ਜੀ ਚਨਈ ਨੈਕਸਟ ਕੁਐਸਚਨ 92 ਹੈ ਬਾਲ ਗੰਗਾਧਰ ਤਿਲਕ ਨੇ ਕਿਹੜੇ ਅਖਬਾਰ ਛਾਪਨੇ ਸ਼ੁਰੂ ਕੀਤੇ ਕੇਸਰੀ ਮਰਾਠਾ ਊੜਾ ਤੇ ਐਮ ਐੜਾ ਦੋਵੇਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਇਜ਼ ਦਾ ਰਾਈਟ ਆਨਸਰ ਹੈ ਜੀ ਕੇਸਰੀ ਤੇ ਮਰਾਠਾ ਦੋਵੇਂ ਨੈਕਸਟ ਕੁਐਸਚਨ ਹੈ 93 ਬੜੋਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਹਨ ਜੀ ਆਰ ਸੰਤੋਸ਼ ਗੁਲਾਮ ਸ਼ੀਕ ਨੈਕਸਟ ਹੈ ਸ਼ਾਂਤੀਦੇਵ ਜਾਂ ਉਪਰੋਕਤ ਸਾਰੇ ਇਸ ਆ ਰਾਈਟ ਆਨਸਰ ਹੈ ਜੀ ਉਪਰੋਕਤ ਸਾਰੇ ਹੀ ਜਿਹੜੇ ਬੜੋਦਾ ਯੂਨੀਵਰਸਿਟੀ ਦੇ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਸਨ जीआर संतोष गुलाम शेख शांतिदेव नेक्स्ट क्वेश्चन है भारत भारतीय लोकों ਵਿੱਚ ਰਾਸ਼ਟਰੀ ਚੇਤਨਾ ਕਿਹੜੀ ਸਦੀ ਦੇ ਵਿੱਚ ਪੈਦਾ ਹੋਈ 18ਵੀਂ ਸਦੀ ਵਿੱਚ 17ਵੀਂ ਸਦੀ ਵਿੱਚ 19ਵੀਂ ਸਦੀ 21ਵੀਂ ਸਦੀ ਇਸ ਦਾ ਰਾਈਟ ਆਨਸਰ ਹੈ ਜੀ 19ਵੀਂ ਸਦੀ ਦੇ ਵਿੱਚ ਨੈਕਸਟ ਕੁਐਸਚਨ ਹੈ 95 ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ 25 ਦਸੰਬਰ 1875 28 ਦਸੰਬਰ 1885 19 ਦਸੰਬਰ 1947 20 ਦਸੰਬਰ 1890 ਇਜ਼ ਦਾ ਰਾਈਟ ਆਨਸਰ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਸਥਾਪਨਾ 28 ਦਸੰਬਰ 1885 ਇਸਵੀ ਦੇ ਵਿੱਚ ਹੋਈ ਨੈਕਸਟ ਕੁਐਸਚਨ ਹੈ ਜੀ 96 ਬੰਗਾਲ ਦੀ ਵੰਡ ਕਿਸ ਗਵਰਨਰ ਜਨਰਲ ਦੇ ਸਮੇਂ ਹੋਈ ਲਾਰਡ ਲੌਜੀ ਏ ਉਹ ਹਿਉ ਲਾਰਡ ਕਰਜ਼ਨ ਜਾਂ ਇਨ੍ਹਾਂ ਵਿੱਚੋਂ ਕੋਈ ਨਹੀਂ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਲਾਰਡ ਕਰਜ਼ਨ ਨੈਕਸਟ ਕੁਐਸਚਨ ਹੈ 97 ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ ਏ ਓ ਯੋ ਕ੍ਰਿਸ਼ਨ ਬਰਮਾ ਮਹਾਤਮਾ ਗਾਂਧੀ ਦਾਦਾ ਬਾਈ ਨੌਰੋਜੀ ਇਜ਼ ਦਾ ਰਾਈਟ ਆਨਸਰ ਹੈ ਜੀ ਏ ਓ ਯੋ ਨੈਕਸਟ ਕੁਐਸਚਨ ਹੈ 98 ਬੰਗਾਲ ਦੀ ਵੰਡ ਕਦੋਂ ਹੋਈ 1905 ਵਿੱਚ 1907 1919 1906 ਇਜ਼ ਦਾ ਰਾਈਟ ਆਨਸਰ ਹੈ ਜੀ 1905 ਨੈਕਸਟ ਕੁਐਸਚਨ ਹੈ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੰਗਾਮ ਸਮਾਗਮ ਕਿੱਥੇ ਹੋਇਆ ਦਿੱਲੀ ਸੂਰਤ ਪਟਨਾ ਪੰਜਾਬ ਇਸ ਦਾ ਰਾਈਟ ਆਨਸਰ ਹੈ ਜੀ 99 ਦਾ ਸੂਰਤ ਨੈਕਸਟ ਕੁਐਸਚਨ ਹੈ ਸਵਰਾਜ ਮੀਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਗਾ ਇਹ ਸ਼ਬਦ ਕਿਸ ਨੇ ਕਹੇ ਹਨ অপਸ਼ਨ ਹੈ ਲਾਲਾ ਲਾਜਪਤਰਾਈ ਬਾਲ ਗੰਗਾਧਰ ਤਿਲਕ कृष्ण वर्मा उपरोक्त सार उपरोक्त कोई नहीं इज द राइट आंसर है जी बाल गंगाधर तिलक नेक्स्ट क्वेश्चन है गदर पार्टी दे गदर पार्टी का प्रधान किस नु चुन्या गया बिपिन चंद्र पाल मदन मोहन मालवीय बाल गंगाधर तिलक सोहन सिंह भकना इज द राइट आंसर है जी सोहन सिंह भकना ਨੈਕਸਟ ਕੁਐਸਚਨ ਹੈ ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਕਦੋਂ ਵਾਪਸ ਆਏ ਹਨ 102 ਕੁਐਸਚਨ ਨੰਬਰ ਇਸ ਦਾ ਰਾਈਟ ਆਨਸਰ ਹੈ 1893 1915 1907 ਇਸ ਵਿੱਚ 1869 ਇਸ ਦਾ ਰਾਈਟ ਆਨਸਰ ਹੈ 1915 ਇਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਪੰਡਿਤ ਮੋਤੀ ਲਾਲ Nehru ਸੀ ਆਰ ਦਾਸ ਉਪਰੋਕਤ ਦੋਵੇਂ ਜਾਂ ਇਹਨਾਂ ਵਿੱਚ ਕੋਈ ਨਹੀਂ ਇਜ਼ ਦਾ ਰਾਈਟ ਆਨਸਰ ਹੈ ਜੀ ਉਪਰੋਕਤ ਦੋਵੇਂ ਪੰਡਿਤ ਮੋਤੀ لال Nehru ਸੀ ਆਰ ਦਾਸ ਨੈਕਸਟ ਕੁਐਸਚਨ ਹੈ 104 ਜਲਿਆਂਵਾਲੇ ਬਾਗ ਦਾ ਹੱਤਿਆ ਕਾਂਡ ਕਦੋਂ ਹੋਇਆ 11 April 1919 13 April 1919 14 April 1919 ਜਾਂ 20 April 1919 ਦਾ ਰਾਈਟ ਆਨਸਰ ਹੈ ਜੀ 13 April 1919 ਨੈਕਸਟ ਕੁਐਸਚਨ ਹੈ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਕਦੋਂ ਹੋਈ 23 ਮਾਰਚ 1929 ਈਸਵੀ ਚ 23 ਮਾਰਚ 1931 ਈਸਵੀ ਚ 23 ਮਾਰਚ 1930 ਚ ਜਾਂ 23 ਮਾਰਚ 1947 ਈਸਵੀ ਦੇ ਵਿੱਚ ਤੁਸੀਂ ਦਾ ਰਾਈਟ ਆਨਸਰ ਹੈ ਜੀ 23 ਮਾਰਚ 1931 ਈਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ 8 अगस्त उन्नीस सौ बयाली नारत आंदोलन अंदोलन किस द्वारा शुरू किया गया महात्मा गांधी भगत सिंह सुंदरदास जवाहर लाल नेहरू आंसर है जी महात्मा गांधी नैक्सट क्वेश्चन है आजाद हिंद फौज की स्थापना किसने की सुखदेव कृष्ण सिंह सुभाष चंद्र बोस उपरोक्त कोई नहीं सुभाष चंद्र बोस ਨੈਕਸਟ ਕੁਐਸਚਨ ਹੈ 1928 ਇਸ ਵੀ ਵਿੱਚ ਭੇਜੇਗੇ ਸਾਈਮਨ ਕਮਿਸ਼ਨ ਦੇ ਕੁੱਲ ਕਿੰਨੇ ਮੈਂਬਰ ਸਨ 4 5 6 7 ਇਸ ਦਾ ਰਾਈਟ ਆਨਸਰ ਹੈ ਜੀ 7 ਮੈਂਬਰ ਨੈਕਸਟ ਕੁਐਸਚਨ ਕੁਐਸਚਨ ਨੰਬਰ 109 ਹੈ ਭਾਰਤ ਕਦੋਂ ਆਜ਼ਾਦ ਹੋਇਆ ਇਸ ਦਾ ਰਾਈਟ ਆਨਸਰ ਹੈ ਜੀ 15 ਅਗਸਤ 1947 ਤੋ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਮੈਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੈ ਹਿੰਦ